ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀ, ਇਸ ਸਮੇਂ ਅਸੀਂ ਬਲਾ ਚੌਰ ਦੇ ਨਜ਼ਦੀਕ ਹਾਂ। ਥੋੜ੍ਹੀ ਦੇਰ ਪਹਿਲਾਂ ਲਾਈਵ ਵੀ ਹੋਏ ਸੀਗੇ ਤਾਂ ਅਸੀਂ ਦਿਖਾਇਆ ਸੀਗਾ ਕਿ ਬਲਾ ਚੌਰ ਦੇ ਅੰਦਰ ਕਿੰਨੇ ਜਿਹੜੇ ਆ ਸਾਨ ਘੁੰਮਦੇ ਆ, ਅਵਾਰਾ ਜਾਂ ਆਪਾਂ ਬੇਸਹਾਰਾ ਕਹਿ ਲਈਏ ਉਹਦੇ ਹੀ ਚੱਲਦੇ ਆ। ਅੱਜ ਜਿਹੜਾ ਇਹ ਮੇਨ ਹਾਈਵੇ ਆ ਉੱਥੇ ਐਕਸੀਡੈਂਟ ਹੋਇਆ। ਆ ਗੱਡੀ ਦੱਸਿਆ ਜਾ ਰਿਹਾ ਆਪਣੀ ਰਾਹ 'ਤੇ ਜਾ ਰਹੀ ਸੀ, ਆਪਣੀ ਸਾਈਡ 'ਤੇ ਜਾ ਰਹੀ ਸੀ ਤਾਂ ਯਕਦਮ ਗੱਡੀ ਦੇ ਅੱਗੇ ਸਾਨ ਆ ਜਾਂਦਾ, ਟੱਕਰ ਹੋ ਜਾਂਦੀ ਆ, ਗੱਡੀ ਅਨਬੈਲੈਂਸ ਹੋ ਜਾਂਦੀ ਆ, ਟਾਇਰ ਫਟ ਜਾਂਦਾ। ਚਾਰ ਨੌਜਵਾਨ ਗੱਡੀ ਸਵਾਰ ਸੀਗੇ ਜਿਨ੍ਹਾਂ ਦੀ ਮਸਾਂ ਮਸਾਂ ਜਾਨ ਬਚੀ ਹੈ, ਨਾ ਕੋਈ ਸਟਰੀਟ ਲਾਈਟ ਜਗ ਰਹੀ ਹੈ। ਔਰ ਜਿਹੜੇ ਸਾਨ ਆ ਉਹਨਾਂ ਦੇ ਨਾਮ 'ਤੇ ਕਾਉਸੈਸ ਲਿਆ ਜਾਂਦਾ, ਤਾਂ ਉਹ ਕਾਉਸੈਸ ਜਾਂਦਾ ਕਿੱਥੇ ਆ? ਨੌਜਵਾਨ ਦੇਖੋ ਗੱਡੀ ਨਵੀਂ ਹੈ, ਗੱਡੀ ਦਾ ਵੀ ਨੁਕਸਾਨ ਹੋ ਗਿਆ ਔਰ ਨੌਜਵਾਨਾਂ ਦੀ ਬੜੀ ਮੁਸ਼ਕਿਲ ਨਾਲ ਜਾਨ ਬਚੀ ਹੈ। ਮੋਹਰੇ ਦੇਖੋ ਗੱਡੀ ਕਿੰਨੀ ਡੈਮੇਜ ਹੋਈ ਹੈ। ਤਾਂ ਦੂਜੇ ਟਰੈਕ ਵਿੱਚ ਗੱਡੀ ਆ ਗਈ, ਰੱਬ ਦੀ ਇਹੀ ਮਿਹਰਬਾਨੀ ਰਹੀ ਹੈ, ਗਨੀਮਤ ਰਹੀ ਹੈ ਕਿ ਕੋਈ ਸਾਹਮਣੇ ਤੋਂ ਗੱਡੀ ਨਹੀਂ ਆ ਗਈ। ਜੇ ਸਾਹਮਣੇ ਤੋਂ ਗੱਡੀ ਆ ਜਾਂਦੀ ਤਾਂ ਹੋਰ ਵੱਡਾ ਹਾਦਸਾ ਹੋ ਜਾਣਾ ਸੀ। ਦਿਖਾਓ ਵੀ ਜੇ ਗੱਡੀ ਦਾ ਨੰਬਰ PBB D6265 ਤਾਂ ਇਹ ਬਲਾ ਚੌਰ ਦੀ ਗੱਡੀ ਆ। ਹਾਂਜੀ, ਬਲਾ ਚੌਰ ਦੀ ਆ ਜੀ। ਤਾਂ ਤੁਹਾਡੇ ਜਾਣਕਾਰ ਨੇ ਜੀ ਜਿਹਨਾਂ ਦੀ ਗੱਡੀ? ਜਾਣਕਾਰ ਨਹੀਂ ਜੀ, ਸਾਡਾ ਤਾਂ ਕੋਲ ਘਰ ਵਾ ਜੀ। ਅੱਛਾ, ਤੁਸੀਂ ਹੈਲਪ ਲਈ ਆਏ? ਹਾਂਜੀ, ਹੈਲਪ ਲਈ ਆਏ। ਤੇ ਮੁੰਡੇ ਵੈਸੇ ਠੀਕ ਹੈ ਜੀ? ਹਾਂਜੀ, ਮੁੰਡੇ ਠੀਕ ਹੈ ਜੀ। ਆਹ ਸਟਰੀਟ ਲਾਈਟ ਕੋਈ ਵੀ ਨਹੀਂ ਚੱਲਦੀ? ਇੱਕ ਮਹੀਨਾ ਹੋ ਗਿਆ ਜੀ। ਜੇ ਇੱਧਰ ਦੀਆਂ ਦੋ ਚੱਲ ਪੈਂਦੀਆਂ, ਉੱਧਰ ਕਈ ਵਾਰੀ ਫੋਨ ਕਰ ਚੁੱਕੇ ਜੀ ਇਹਨਾਂ ਨੂੰ, ਕਈ ਵਾਰੀ ਫੋਨ ਕਰਨ ਦੇ ਬਾਵਜੂਦ ਵੀ ਜੀ ਇੱਕ ਦਿਨ ਲਈ ਲਾਈਟਾਂ ਜਗਦੀਆਂ, ਉਹ ਤੋਂ ਬਾਅਦ ਬੰਦ ਹੋ ਜਾਂਦੀਆਂ ਜੀ। ਇੱਕ ਦਿਨ ਜਲਦੀਆਂ, ਫਿਰ ਤਾਂ 30 ਦਿਨ ਲਈ ਵੀ ਚੱਲਣੀਆਂ ਚਾਹੀਦੀਆਂ। ਬਸ ਜੀ ਇੱਦਾਂ ਹੀ ਆ। ਹੁਣ ਉਹ ਚਾਰ ਕੁ ਉੱਧਰਲੀਆਂ ਦੇਖੋ ਜੀ, ਦੇਖਦੀਆਂ ਪਈਆਂ, ਚੱਲਦੀਆਂ ਪਈਆਂ, ਜਦੋਂ ਉਹ ਚੱਲ ਪਣੀਆਂ ਤਾਂ ਇੱਧਰਲੀਆਂ ਚਾਰ ਚੱਲ ਪਣੀਆਂ ਜੀ। ਵਾਹੀ ਹਿਸਾਬ ਕਿਤਾਬ ਆ ਜੀ ਇਹਨਾਂ ਦਾ। ਕਈ ਵਾਰੀ ਇਹਨਾਂ ਦੇ ਗੋਇਲ ਸਾਰਾ ਉਹਨਾਂ ਨੂੰ ਫੋਨ ਵੀ ਕਰ ਲਿਆ ਕਿ ਲਾਈਟਾਂ, ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤਾਂ ਬਸ ਇਹੀ ਆ ਜੀ, ਕੱਲੂ ਜਗ ਪੂੰਗੀਆਂ, ਪਰਸੋਂ ਜਗ ਪੂੰਗੀਆਂ, ਕੋਈ ਨਹੀਂ ਲਾਈਟਾਂ ਜਗਦੀਆਂ। ਇਹ ਹਰ ਰੋਜ਼ ਐਕਸੀਡੈਂਟ ਹੁੰਦੇ ਜੀ। ਥੋੜੇ ਦਿਨ ਪਹਿਲਾਂ ਸਾਡਾ ਕੋਲ ਘਰ ਇੱਥੇ ਐਕਸੀਡੈਂਟ ਹੋਇਆ, ਉਹ ਵੀ ਬੰਦੇ ਬੜੀ ਮੁਸ਼ਕਿਲ ਬਚੇ ਆ ਜੀ, ਸਾਨਾ ਕਰਕੇ ਜੀ। ਕਾਲੇ ਰੰਗ ਦੇ ਸਾਹ ਨਾ ਨਹੀਂ ਦਿਸਦੇ, ਨਾਲ ਖੇਤ ਵਾ ਇੱਕਦਮ ਆ ਜਾਂਦੇ। ਜੇ ਲਾਈਟਾਂ ਜਗਦੀਆਂ ਹੋਣਗੀਆਂ ਮਾੜਾ ਮੋਟਾ ਦਿਸੂਗਾ ਜੀ, ਬੰਦਾ ਬਚਾਅ ਹੋ ਜਾਂਦਾ ਜੀ। ਦੇਖੋ ਇਹ ਜਿਹੜੀ ਭਾਅ ਜੀ ਉਹਨਾਂ ਨੇ ਗੱਲ ਕੀਤੀ ਬੜੀ ਲੌਜੀਕਲੀ ਗੱਲ ਆ। ਇੱਕ ਤਾਂ ਉੱਪਰਲੀ ਸਟਰੀਟ ਲਾਈਟ ਕਹਿੰਦੇ ਕੋਈ ਨਹੀਂ ਜਲਦੀ, ਜੇ ਇੱਕ ਅੱਧੀ ਜਲ ਜਾਂਦੀ ਤਾਂ ਇੱਕ ਦਿਨ ਜਲਦੀ ਆ, ਦੂਜੇ ਦਿਨ ਫਿਰ ਬੰਦ ਹੋ ਜਾਂਦੀ ਆ। ਔਰ ਕਾਲੇ ਰੰਗ ਦੇ ਸਾਹ ਨੇ ਜਿਹੜੇ ਖੇਤਾਂ 'ਚੋਂ ਯਕਦਮ ਨਿਕਲ ਕੇ ਸੜਕ 'ਤੇ ਆਉਂਦੇ, ਉਸੇ ਚੱਕਰ 'ਚ ਜਿਹੜਾ ਜੇ ਐਕਸੀਡੈਂਟ ਹੋਇਆ ਤਾਂ ਚਾਰ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਆ ਤਾਂ ਗੱਡੀ ਚਲੋ ਨੁਕਸਾਨੀ ਗਈ ਹੈ, ਗੱਡੀ ਫਿਰ ਠੀਕ ਹੋ ਜਾਵੇਗੀ, ਲੇਕਿਨ ਜੇਕਰ ਕਿਸੇ ਮਾਂ ਦੇ ਪੁੱਤ ਨੂੰ ਕੁਛ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ? ਆਹ ਸਟਰੀਟ ਲਾਈਟਾਂ ਜਲਦੀਆਂ ਕਿਉਂ ਨਹੀਂ? ਆਪਾਂ ਹੁਣੇ ਬਲਾ ਚੌਰ ਤੋਂ ਆਇਆ, ਮੇਰਾ ਖਿਆਲ ਘੱਟੋ ਘੱਟ ਨਹੀਂ ਤਾਂ 30 ਤੋਂ 35 ਜਿਹੜੇ ਸਾਹ ਨੇ ਆ ਕਾਲੇ ਭੂਰੇ ਰੰਗ ਦੇ, ਐਂ ਫਿਰਦੇ ਬਾਜ਼ਾਰਾਂ 'ਚ ਵੀ, ਅਤੇ ਇੱਥੇ ਵੀ ਬਹੁਤ ਜ਼ਿਆਦਾ ਆ। ਬਾਈ ਤੁਹਾਡੇ ਯਾਰ ਦੋਸਤ ਦੀ ਗੱਡੀ ਹੈ? ਮੇਰੀ ਗੱਡੀ ਭਾਅ ਜੀ, ਮੈਂ ਹੀ ਚਲਾਉਂਦਾ। ਤੁਸੀਂ ਚਲਾਉਂਦੇ ਸੀ? ਹਾਂਜੀ ਹਾਂਜੀ। ਤੁਹਾਡੇ ਕੋਈ ਸੱਟ ਚੋੜ ਤਾਂ ਨਹੀਂ ਲੱਗੀ? ਆਹ ਥੋੜ੍ਹੀ ਜਿਹੀ ਲੱਗੀ, ਬਚਾਅ ਹੋ ਗਿਆ, ਬਹੁਤ ਜ਼ਿਆਦਾ ਗੱਡੀ ਦੇਖਣ ਡੈਮੇਜ ਹੋ ਗਈ ਸਾਰੀ। ਗੱਡੀ ਦਾ ਤਾਂ ਬਹੁਤ ਨੁਕਸਾਨ ਹੋ ਗਿਆ। ਹਾਂਜੀ ਹਾਂਜੀ। ਅਤੇ ਫਿਰ ਹੋਇਆ ਕਿਵੇਂ, ਹਾਦਸਾ ਹੋਇਆ ਕਿਵੇਂ? ਇਹ ਭਾਅ ਜੀ ਅਸੀਂ ਸੀਗੇ 80 ਦੀ ਸਪੀਡ 'ਤੇ ਐਵਰੇਜ, ਨੋਰਮਲ ਸਪੀਡ ਹੈ, 80 ਦਾ ਇੱਥੇ ਐਵਰੇਜ ਹੈ ਸਪੀਡ। ਇੱਥੇ ਖੜੀਆਂ ਸੀ ਮੱਝਾਂ ਬਹੁਤ ਜ਼ਿਆਦਾ, ਲਾਈਟਾਂ ਹੈ ਨਹੀਂ ਹੈ, ਮੱਝਾਂ ਸੀਗੀਆਂ ਘੱਟੋ ਘੱਟ ਵੀ 8, ਘੱਟੋ ਘੱਟ 8 ਹੋਣੀਆਂ। ਮੈਂ ਕਹਾਂ ਇੱਕ ਇੱਧਰ ਖੜੀ ਹੈ, 4-5 ਇੱਧਰ ਖੜੀਆਂ, ਵਿੱਚ ਜਿੱਦਾਂ ਮੋਹਰੇ ਆ ਜਾਂਦੀ ਗੱਡੀ ਭਾਅ ਜੀ, ਇੱਕੋਦਮ ਆ ਗਈਆਂ ਮੋਹਰੇ, ਵੱਜੀ ਹੈ ਗੱਡੀ ਆ ਕੇ, ਤੇ ਗੱਡੀ ਵੀ ਕੰਟਰੋਲ ਨਹੀਂ, ਜਿੱਦਾਂ ਥੋੜਾ ਹੋ ਜਾਂਦਾ ਮਸਾ ਇੱਥੇ ਤੱਕ ਲੈ ਕੇ। ਹਨੇਰਾ ਵੀ ਬੜਾ ਬਹੁਤ ਆ ਮੋਹਰੇ ਭਾਅ ਜੀ, ਇੱਥੇ ਕਾਟਾ ਜਿਹਾ ਬਹੁਤ ਹੈ, ਬਹੁਤ ਕੋ ਹਨੇਰਾ ਆ, ਬਹੁਤ ਬਸ ਬਚਾਅ ਹੋ ਗਿਆ, ਬਹੁਤ ਜ਼ਿਆਦਾ ਨਹੀਂ ਤਾਂ ਬੁਰਾ ਹਾਲ ਹੋਣਾ ਸੀਗਾ। ਚਲੋ ਸੱਟ ਤਾਂ ਸੱਟ ਹੈ, ਗੱਡੀ ਚਲੋ ਬਚਾਅ ਹੋ ਗਿਆ ਜਿੱਦਾਂ ਵੀ ਆ, ਬਟ ਅੱਛਾ ਗੱਡੀ ਦਾ ਟਾਇਰ ਪਹਿਲਾਂ ਜਿਹੜਾ ਨੁਕਸਾਨ ਹੈ ਗਿਆ ਸਾਰਾ ਹੀ ਭਾਅ ਜੀ ਤੁਹਾਡੇ ਸਾਹਮਣੇ, ਉਸ ਵੇਲੇ ਪਤਾ ਨਹੀਂ ਲੱਗੇ ਕਿਆ ਹੋਇਆ, ਇੱਕੋ ਵਾਰੀ ਜਿੱਦਾਂ ਗੱਡੀ ਵੱਜੀ ਤਾਂ ਬਸ ਗੱਡੀ ਖਿਲੋ ਗਈ। ਉਹ ਤਾਂ ਗੱਲ ਤੁਹਾਡੀ ਠੀਕ ਹੈ, ਜੇ ਸਪੀਡ ਜ਼ਿਆਦਾ ਹੁੰਦੀ ਫਿਰ ਤਾਂ ਆ ਵੀ ਨਹੀਂ, ਫਿਰ ਤਾਂ ਆ ਵੀ ਨਹੀਂ ਰਹਿਣਾ ਸੀਗਾ ਕੁਝ, ਇਹ ਤਾਂ ਹੁਣ ਬਚਾਅ ਹੋ ਗਿਆ, ਗੱਡੀ ਪਲਟੀ ਨਹੀਂ ਖਾ ਸਕਦੀ ਸੀ। ਤਾਂ ਇਹ ਨੌਜਵਾਨ ਵੀਰ ਹੈ, ਚਲੋ ਰੱਬ ਦਾ ਸ਼ੁਕਰ ਹੈ ਠੀਕ ਹੈ, ਹੌਸਲੇ 'ਚ ਆ, ਇੱਦਾਂ ਨਹੀਂ ਹੈ ਕਿ ਡੋਲਿਆ ਹੋਇਆ। ਪਰ ਅੱਜ ਮੈਂ ਬਾਈ ਜੀ ਉਹਨਾਂ ਨੇ ਗੱਲ ਕੀ, ਉਹ ਤੁਸੀਂ ਦਿਖਾ ਦਿਓ ਵੀ ਜੀ ਇੱਕ ਵਾਰੀ ਲਾਈਟ ਮਾਰ ਕੇ, ਦਿਖਾ ਦਿਓ ਕੈਮਰਾ ਮਾਰ ਕੇ, ਉਹ ਪਿੱਛੇ ਕਿਤੇ ਇੱਕ ਦੋ ਲਾਈਟਾਂ ਜਗਦੀਆਂ ਨਜ਼ਰ ਆ ਰਹੀਆਂ, ਔਰ ਇੱਥੇ ਘੁੱਪ ਹਨੇਰਾ ਹੋ ਜਾਂਦਾ।
ਜੇ ਕਿਤੇ ਠੇਕਾ ਹੁੰਦਾ ਆਲੇ ਦੁਆਲੇ ਫਿਰ ਚਾਨਣਾ ਹੋ ਜਾਣਾ ਸੀ, ਫਿਰ ਹੋ ਜਾਣਾ ਸੀ ਜੀ, ਠੇਕੇ ਦੇ ਨਾਲ ਤਾਂ ਚਾਨਣਾ ਹੋ ਜਾਂਦਾ ਕਿਉਂਕਿ ਉੱਥੇ ਸਰਕਾਰ ਨੂੰ ਵੀ ਦੀਪ ਵਾਲਾ ਕਰ ਦੇਣੀ ਸੀ। ਹਾਂ ਫਿਰ ਤਾਂ ਲੜੀਆਂ ਲੱਗ ਜਾਂਦੀਆਂ ਜੀ ਪੂਰੀਆਂ ਰੋਡ ਦੇ ਉੱਤੇ, ਫਿਰ ਠੇਕੇ ਖੋਲ ਦੋ ਸਾਰੇ ਪਾਸੇ, ਠੇਕੇ ਖੋਲ ਦੋ ਜੀ, ਲੋੜ ਹੀ ਨਹੀਂ ਹੈਗੀ। ਦੇਖੋ ਕਿੰਨਾ ਬੁਰਾ ਹਾਲ ਹੈ ਜੀ, ਇਹਦੇ ਅੰਦਰ ਸਪੇਸ ਵੀ ਹੈ ਬਹੁਤ ਸਾਰੀ, ਇੱਕ ਤਰ੍ਹਾਂ ਦੀ ਜਗ੍ਹਾ ਵੀ ਹੈ, ਸਪੇਸ ਕਾਫੀ ਹੈ, ਦੋ ਕੁ ਫੁੱਟ ਡੇਢ ਕੁ ਫੁੱਟ ਦੀ ਸਪੇਸ ਹੈ, ਗੱਡੀ ਉੱਥੋਂ ਚੜ੍ਹ ਕੇ ਕ੍ਰੋਸ ਕਰਕੇ ਇੱਧਰ ਚਲੇਗੀ ਡਿਵਾਈਡਰ ਤੋਂ ਪਰਲੇ ਪਾਸੇ, ਔਰ ਰੱਬ ਦਾ ਸ਼ੁਕਰ ਹੈ ਕਿ ਮੋਹਰੇ ਤੋਂ ਕੋਈ ਗੱਡੀ ਨਹੀਂ ਆ ਗਈ, ਨਹੀਂ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸੀ। ਚਾਰ ਜਾਣੇ, ਚਾਰ ਦੋਸਤ ਗੱਡੀ ਸੀਗੇ, ਚਾਰ ਜਿਹੜੇ ਦੋਸਤ ਆ ਉਹਨਾਂ ਦੀ ਜਾਨ 'ਤੇ ਬਣ ਜਾਣੀ ਸੀ ਗੱਲ। ਆਹ ਦੇਖੋ ਗੱਡੀ ਦਾ ਬਹੁਤ ਸਾਰਾ ਨੁਕਸਾਨ ਹੋਇਆ ਪਿਆ, ਅੱਗੇ ਬਹੁਤ ਸਾਰੇ ਪ੍ਰਖੱਚੇ ਉੜੇ ਪਏ ਆ। ਸੜਕ ਸੁਰੱਖਿਆ ਫੋਰਸ ਹਾਲੇ ਤੱਕ ਇੱਥੇ ਪਹੁੰਚੀ ਨਹੀਂ ਹੈ ਜਿੰਨਾ ਕੁ ਅਸੀਂ ਦੇਖ ਪਾ ਰਹੇ ਹਾਂ ਹਾਦਸੇ ਨੂੰ। ਭਾਜੀ ਹੋ ਗਏ, ਅੱਗੇ ਵੀ ਐਕਸੀਡੈਂਟ ਹੋਇਆ ਜੀ, ਕਹਿੰਦੇ ਇੱਕ ਬੀਰੋਵਾਲ ਦੇ ਕੋਲ ਵੀ ਐਕਸੀਡੈਂਟ ਹੋਇਆ, ਉਹ ਵੀ ਫਿਰ ਇਹਨਾਂ ਕਰਕੇ ਸਾਹਮਣਾ ਕਰ ਗਈ, ਉਹ ਪਤਾ ਨਹੀਂ ਜੀ, ਕਹਿੰਦੇ ਕੋਈ ਟਰੱਕ ਦੇ ਵਿੱਚ ਵੱਜੀ ਗੱਡੀ ਗੱਡੀ ਵੱਜ ਗਈ। ਓਹ ਮੈਂ ਵੀ ਘਰੋਂ ਆ ਰਿਹਾ, ਆਹ ਗੱਡੀ ਇੱਕ ਐਕਸੀਡੈਂਟ ਉੱਥੇ ਹੋ ਗਿਆ, ਬੀਰੋਵਾਲ ਬੀਰੋਵਾਲ ਜੀ, ਆਹ ਹੁਣ ਦੂਜਾ ਆ ਹੋ ਗਿਆ ਜੀ ਜੀ ਜੀ, ਉਹ ਜਿਹੜੀ ਸਾਡੀ ਗੱਡੀ ਆ ਉਹਨਾਂ ਨੂੰ ਚੱਕ ਰਹੀ ਆ ਰਹੀ ਆ, ਠੀਕ ਹੈ ਜੀ। ਸੜਕ ਸੁਰੱਖਿਆ ਫੋਰਸ, ਹਾਂਜੀ ਹਾਂਜੀ, ਦੋ ਹਾਦਸੇ ਹੋਏ ਆ, ਪਿੱਛੇ ਵੀ ਦੱਸਿਆ ਜਾ ਰਿਹਾ ਕਿ ਬਹੁਤ ਭਿਆਨਕ ਹਾਦਸਾ ਹੋਇਆ, ਤਾਂ ਨੈਸ਼ਨਲ ਹਾਈਵੇ ਅਥਾਰਟੀ ਤੋਂ ਆਏ ਨੇ ਅਧਿਕਾਰੀ, ਇਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ ਆਹ ਕੰਪਲੇਂਟ ਹੈ, ਕਹਿੰਦੇ ਬੜੀ ਵਾਰ ਦੱਸਿਓ, ਦੇਖੋ ਲਾਈਟਾਂ ਨਹੀਂ ਜਲਦੀਆਂ, ਔਰ ਇੱਥੇ ਜਿਹੜੇ ਸਾਹ ਆ ਉਹ ਸੜਕ 'ਤੇ ਆ ਜਾਂਦੇ, ਜੇ ਲਾਈਟਾਂ ਹੀ ਜਲਦੀਆਂ ਹੁੰਦੀਆਂ ਸਟਰੀਟ ਲਾਈਟਾਂ, ਤਾਂ ਨੁਕਸਾਨ ਹੁਣ ਬਚ ਜਾਂਦਾ, ਟੋਲ ਟੈਕਸ ਆਪਾਂ ਜੇ ਦਿੰਦੇ ਹਾਂ ਤਾਂ ਸਾਨੂੰ ਫਾਇਦਾ ਕੀ ਉਹਦਾ ਜੀ। ਭਾਜੀ ਦੇਖੋ ਜਿੰਨਾ ਹੋ ਸਕਦਾ ਆਪਾਂ ਕਰਦੇ ਹਾਂ, ਹੁਣ ਜਿਹੜਾ ਐਕਸੀਡੈਂਟ ਹੋਇਆ ਦੇਖੋ ਨਾ ਆਪਾਂ ਕੁਛ ਕਰ ਸਕਦੇ ਨਾ ਤੁਸੀਂ ਕੁਛ ਕਰ, ਜਿਹਦਾ ਐਕਸੀਡੈਂਟ ਹੋਇਆ ਉਹਨੇ ਸਾਫ ਸ਼ਬਦਾਂ 'ਚ ਕਿਹਾ, ਕਹਿੰਦੇ ਲਾਈਟਾਂ ਜਗ ਦਿੰਦੀਆਂ ਬਚਾਅ ਹੋ ਜਾਣਾ ਸੀ। ਭਾਜੀ ਇਹ ਤਾਂ ਦੇਖੋ ਜਿਹੜਾ ਹੁਣ ਹੈ ਉਹ ਤਾਂ ਕੁਦਰਤ ਨੂੰ, ਤੁਹਾਨੂੰ ਵੀ ਪਤਾ ਹੈ ਵੀ ਅੱਗੇ ਤੋਂ ਨਾ ਹੋਵੇ ਉਹਦੇ ਲਈ ਲਾਈਟਾਂ ਚੱਕੂਗੀ, ਅੱਗੇ ਲਾਈਟ ਜਲਦੀ ਹੈ ਭਾਜੀ, ਜਲਦੀ ਹੈ, ਹਰ ਵਾਰ ਵੀ ਜਲਦੀ ਹੈ, ਸਾਡਾ ਜਿਹੜਾ ਉਹ ਆਪਣਾ ਇਲੈਕਟ੍ਰੀਸ਼ੀਅਨ ਹੈ ਉਹ ਵੀ ਉਹ ਘਰੇ ਆਪਣੇ ਬੰਦੇ ਦੇ ਕੀ ਮਜ਼ਬੂਰੀ ਹੋ ਜਾਂਦੀ ਹੈ, ਉਹਦੇ ਕਰਕੇ ਉਹ ਘਰ ਗਏ ਛੁੱਟੀ, ਤਾਂ ਕਰਕੇ ਨਹੀਂ ਜਲਦੀ ਯਾਦ, ਉਧਰ ਦੀ ਜਲਦੀ ਪਈ ਹੈ, ਤੁਸੀਂ ਦੇਖ ਲਓ ਤੁਸੀਂ ਇੱਕ ਵਾਰ ਨਿਗਾਹ ਕਰਕੇ। ਮਹੀਨੇ ਤੋਂ ਬੰਦ ਆ ਜੀ ਲਾਈਟਾਂ, ਇੱਕ ਮਹੀਨਾ, ਮਹੀਨੇ ਤੋਂ ਮਜਬੂਰੀ ਹੋਣੀ ਉਹਨੇ ਫਿਰ ਕੋਈ, ਨਾ ਨਾ ਮਹੀਨੇ ਦੀ ਨਹੀਂ ਹੈਗੀ ਭਾਜੀ, ਸਿਰਫ ਆਹ ਗਵਾਹ ਨੇ ਜੀ, ਆਹ ਸਾਡਾ ਘਰ ਆ ਇੱਧਰ, ਮਹੀਨੇ ਤੋਂ ਕਹਿੰਦੇ ਹੋ, ਮਹੀਨੇ ਤੋਂ ਹੋ ਗਿਆ, ਅਸੀਂ ਤਾਂ ਕਦੇ ਲਾਈਟਾਂ, ਮਹੀਨੇ ਦਾ ਕੁਝ ਨਹੀਂ ਹੈਗਾ ਭਾਜੀ, ਇਦਾਂ ਦਾ ਕੁਝ ਨਹੀਂ ਹੈਗਾ, ਮਹੀਨੇ ਮਹੀਨੇ ਦਾ। ਤੁਸੀਂ ਹੁਣ ਆਪਣੀ ਜ਼ਿੰਮੇਵਾਰੀ ਸਮਝ ਕੇ ਹੁਣ ਤਾਂ ਚਲਾ ਦਿਓ, ਕਿਸੇ ਹੋਰ ਨਾਲ ਹਾਦਸਾ ਨਾ ਹੋ ਜਾਵੇ ਭਾਜੀ, ਇਹ ਜਲਦੀ ਹੁੰਦੀ ਮੈਂ ਜਲਾ ਦਿੰਦਾ, ਹੁਣ ਉੱਥੋਂ ਉਹ ਆਪਣਾ ਬਾਰਿਸ਼ ਕਰਕੇ ਹੋਈ ਪਈ ਹੈ, ਮੈਂ ਪਰ ਇਹਨੂੰ ਦਰੁਸਤ ਕਰਾਓ ਨਾ ਭਾਜੀ, ਮੰਨ ਲਓ ਕਿ ਟੋਲ ਟੈਕਸ ਤੇ ਗੱਡੀ ਆਪਾਂ ਜੇ ਕਹਿ ਦਈਏ ਕਿ ਅੱਜ ਜੇਬ 'ਚ ਪੈਸੇ ਨਿਕਲਣ ਦੋਗੇ, ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਇਸ ਚੀਜ਼ ਨੂੰ, ਆ ਲਾਈਟਾਂ ਬੰਦ ਨੂੰ ਇੱਕ ਮਹੀਨੇ ਤੋਂ ਜ਼ਿਆਦਾ। ਇਹਨਾਂ ਦੇ ਸਰ ਨੂੰ ਫੋਨ ਕੀਤਾ ਸੀਗਾ ਅੱਜ ਤੋਂ 2 ਮਹੀਨੇ ਪਹਿਲਾਂ, ਉਸ ਟਾਈਮ ਇਹਨਾਂ ਨੇ ਇਹ ਜਵਾਬ ਦਿੱਤਾ ਸੀ ਕਿ ਕਿਸੇ ਨੇ ਕਣਕ ਦੇ ਪਰਾਲੀ ਨੂੰ ਅੱਗ ਲਾ ਦਿੱਤੀ ਹੈ, ਅਤੇ ਜਿਹੜਾ ਲਾਹਣ ਬਚਦਾ ਹੁੰਦਾ ਉਹਨੂੰ ਅੱਗ ਲਾਉਣ ਦੇ ਕਰਕੇ ਕਿ ਤਾਰਾਂ ਸੜ ਗਈਆਂ ਆ, ਇਹ ਲਾਈਟਾਂ ਕਹਿੰਦੇ ਮੀਂਹ ਪੈ ਗਿਆ ਪਹਿਲਾਂ, ਅੱਗ ਲੱਗ ਗਈ ਹੁਣ ਮੀਂਹ ਪੈ ਗਿਆ, ਹਾਂਜੀ ਫਿਰ ਬੰਦਾ ਬਿਮਾਰ ਹੋ ਗਿਆ, ਉਹ ਤੋਂ ਬਾਅਦ ਦੇਖ ਲਓ ਤੁਸੀਂ ਸਾਰੇ ਗੱਲ ਜਾਇਜ਼ ਨਹੀਂ ਹੈ ਜੀ, ਕੋਈ ਨਾ ਕਰਵਾ ਦਿੰਦੇ ਭਾਅ ਜੀ ਮੈਂ ਹੁਣ। ਹੈਲੋ, ਤੁਹਾਡਾ ਸਰ ਨਾਮ? ਸੁਰੇਸ਼ ਨਾਮ। ਸੁਰੇਸ਼ ਜੀ ਕਹਿੰਦੇ ਮੈਂ ਕਰਵਾ ਦਿੰਦਾ ਜੀ, ਇਹਨਾਂ ਦਾ ਬਿਆਨ ਹੈ, ਔਰ ਆਹ ਤੁਸੀਂ ਤੁਹਾਡੇ ਸਾਹਮਣੇ ਗੱਡੀ ਦੇ, ਇਹਨਾਂ ਨੂੰ ਪੁੱਛ ਲਓ ਕਿ ਕਿੰਨੇ ਦਿਨ ਹੋ ਗਏ ਭਾਈ, ਇਹ ਕਿੰਨੇ ਕਿ ਦਿਨ ਹੋ ਗਏ ਲਾਈਟਾਂ ਜਗਦੀਆਂ ਨਹੀਂ, ਦੇਖੀਆਂ ਨਹੀਂ ਭਾਈ ਲਾਈਟਾਂ, ਆਹ ਤਾਂ ਚੱਲੀਆਂ ਨਹੀਂ ਉੱਧਰ, ਕਹਿੰਦੇ ਕਦੀ ਦੇਖੀਆਂ ਹੀ ਨਹੀਂ। ਹਾਂਜੀ ਦੇਖ ਲਓ ਜੀ, ਇਹ ਤਾਂ ਕੱਟੀਆਂ ਨਹੀਂ ਭਾਈ, ਕਦੇ ਵੀ ਨਹੀਂ ਚੱਲੀਆਂ ਦੇਖੀਆਂ। ਚਲੋ ਆਹ ਸੁਰੇਸ਼ ਆ ਕਹਿ ਕੇ ਗਿਆ, ਨਹੀਂ ਹੋਊਗਾ ਤਾਂ ਭਾਜੀ ਫਿਰ ਆਪਾਂ ਰਲ ਮਿਲ ਕੇ ਫਿਰ ਪੁੱਟ ਅਪ ਕਰਦੇ, ਬਾਅਦ ਚੱਲਦੇ ਉਹਨਾਂ ਦਫ਼ਤਰ, ਧਰਨਾ ਲੈਣਾ ਪਊਗਾ ਜੀ। ਕੋਈ ਨਾ ਦਫ਼ਤਰ ਚੱਲਦਾ, ਦੇਖੋ ਇਹ ਤਾਂ ਜਿਵੇਂ ਤੁਹਾਡੇ ਘਰ ਆ, ਕੋਈ ਵੈਸੇ ਬਾਹਰ ਆ ਜਾਵੇ ਆ ਜਾਂਦਾ, ਕੋਈ ਊਂਟਤਾਈ ਹੋ ਜਾਂਦੀ, ਕੋਈ ਊਂਚ ਨੀਚ ਹੋ ਜਾਂਦੀ, ਬਹੁਤ ਵੱਡਾ ਹਾਦਸਾ ਹੋ ਜਾਂਦਾ। ਹਰ ਸਾਡੇ ਘਰ ਦੇ ਸਾਹਮਣੇ ਸਾੜ ਰਾਤੀ ਵੜ ਗਏ ਹੈਗੇ ਭਾਜੀ, ਇੱਕ ਨਹੀਂ 8-9 ਸਾੜ ਵੜੇ, ਤੇ ਬੰਦੇ ਆਹ ਕੋਈ ਸ਼ੱਕੀ ਵਿਅਕਤੀ ਹੋਵੇ ਤਾਂ ਕਿਤੇ ਪਛਾਣਨਾ ਭਾਜੀ, ਹਰ ਰੋਜ਼ ਐਕਸੀਡੈਂਟ ਹੁੰਦੇ ਜੀ ਇੱਥੇ, ਹਰ ਰੋਜ਼ ਦੂਏ ਤੀਏ ਦਿਨ ਐਕਸੀਡੈਂਟ ਹੁੰਦੇ ਆ। ਚਲੋ ਆ ਗਿਆ ਸਾਨ, ਕਹਿੰਦਾ ਵੀਡੀਓ ਬੰਦ ਕਰੋ ਹੁਣ, ਚਲੋ ਠੀਕ ਹੈ ਭਾਜੀ, ਆ ਜਾਓ ਆ ਜਾਓ।